ਸੁਮਿਤ ਬੋਲ ਰਿਹਾ ਜੀ ਗਾਮ ਗਲੋਬਲ ਤੋਂ, ਕੀ ਹਾਲ ਹੈ? ਵਧੀਆ ਬਾਈ, ਤੁਸੀਂ ਦੱਸੋ? ਵਧੀਆ ਵਧੀਆ, ਕੌਣ ਬੋਲ ਰਿਹਾ? ਮੈਂ ਵਰਿੰਦਰ ਸਿੰਘ ਗੱਲ ਕਰ ਰਿਹਾ ਜੀ, ਜਸਕਰਨ ਸਿੰਘ ਦੇ ਰਿਲੇਟਡ ਗੱਲ ਕਰਨਾ। ਹਾਂਜੀ, ਜਸਕਰਨ ਅਤੇ ਮਨਪ੍ਰੀਤ ਸਿੰਘ ਕੌਰ। ਹਾਂਜੀ ਹਾਂਜੀ ਜੀ, ਉਹ ਤੁਹਾਡੇ ਨਾਲ ਨੇ ਮਨਪ੍ਰੀਤ? ਹਾਂਜੀ ਨਾਲ ਹੀ ਹੈ ਜੀ। ਕੁੜੀ ਸਪੀਕਰ ਤੋਂ ਲਾਈ, ਉਹਨਾਂ ਦੀ ਈਮੇਲ ਲਾਈ ਹੈ। ਹਾਂਜੀ ਨਾਲ ਹੀ ਹੈ ਜੀ। ਹਾਂਜੀ, ਈਮੇਲ ਆਈ ਹੈ ਜੀ ਡਿਪਾਰਟਮੈਂਟ ਦੀ ਤੁਹਾਡੇ ਵੀਜ਼ੇ ਨੂੰ ਲੈ ਕੇ। ਉਹਨਾਂ ਨੇ ਜੈਨੂਇਨਨੈਸ ਆਫ ਰਿਲੇਸ਼ਨਸ਼ਿਪ ਤੇ ਕੁਐਸਚਨ ਕੀਤਾ। ਅੱਛਾ ਜੀ। ਹਾਂਜੀ, ਵਿਆਹ ਕਦੋਂ ਹੈ? ਹਾਂਜੀ, ਵਿਆਹ ਕਦੋਂ ਹੈ? ਵਿਆਹ ਤੇ 20 ਜੁਲਾਈ ਨੂੰ। 20 ਜੁਲਾਈ? ਹਾਂਜੀ। ਇਸ ਸਾਲ ਕੇ ਪਹਿਲਾਂ ਦਾ? ਲਾਸਟ ਇਅਰ। ਲਾਸਟ ਇਅਰ। ਲਾਸਟ ਇਅਰ। ਉਹ ਤੋਂ ਬਾਅਦ ਦੋ ਰਿਫਿਊਜ਼ਲਾਂ ਵੀ ਹੈ। ਰਿਫਿਊਜ਼ਲਾਂ ਦੋ ਤੋਂ 2 ਦਿਨ ਪਹਿਲਾਂ ਹੈ। ਦੋ ਐਤ ਕੀ 2 ਦਿਨ ਪਹਿਲਾਂ? ਮੈਂ ਕਿੱਦਾਂ ਹੀ ਟੋਟਲ ਦੱਸ, ਇੱਕ ਸਟੂਡੈਂਟ ਵੀਜ਼ੇ ਵੀ ਨਹੀਂ ਠੀਕ ਹੈ, ਟੋਟਲ ਇੱਕ ਸਟੂਡੈਂਟ ਵੀਜ਼ੇ ਦੀ, ਫਿਰ ਇੱਕ ਟੂਰਿਸਟ ਵੀਜ਼ੇ ਦੀ, ਫਿਰ ਨਹੀਂ 4 ਰਿਫਿਊਜ਼ਲਸ ਆ, ਤੇ ਫਿਰ ਫਿਰ ਦੁਬਾਰਾ ਇੱਕ ਟੂਰਿਸਟ, 4 ਰਿਫਿਊਜ਼ਲਸ ਆ। 4 ਠੀਕ ਹੈ। ਤੁਸੀਂ ਇੱਕ ਇਹਦੀ ਐਕਸਲ ਸ਼ੀਟ ਹੀ ਬਣਾ ਲਓ ਜਿੰਨੀ ਉਹਨਾਂ ਕੋਲ ਰਿਫਿਊਜ਼ਲ ਹੈ। ਲੱਗੀ ਸਮਝ ਕੇ ਨਹੀਂ ਲੱਗੀ? ਮੁਬਾਰਕ ਜੀ, ਬਹੁਤ ਬਹੁਤ ਵੀਜ਼ਾ ਆ ਗਿਆ ਉਹਨਾਂ ਦਾ। ਸੱਚੀ ਕਹਿ ਰਹੇ ਜੀ, ਸੱਚੀ ਕਹਿ ਰਹੇ, ਤਾਂ ਹੀ ਮੈਂ ਕਿਹਾ ਰਿਫਿਊਜ਼ਲਾਂ ਵਾਲਾ ਪੰਨਾ ਪਾੜ ਦਿਓ, ਹੁਣ ਵੀਜ਼ਾ ਆ ਗਿਆ ਉਹਨਾਂ ਦਾ। ਯੂਅਰ ਵੈਲਕਮ ਜੀ, ਖੁਸ਼ੀ ਦਾ ਮਾਹੌਲ ਹੋ ਗਿਆ ਕਰੇ ਹੈ। ਹਾਂਜੀ, ਸੁਮਿਤ ਬੋਲ ਰਹੇ ਜੀ। ਅਮਰੀਕਾ ਤੋਂ ਕਰਾਓ, ਇੰਡੀਆ ਤੋਂ ਕਰਾਓ, ਜਿੱਥੋਂ ਮਰਜ਼ੀ ਆਓ, ਵੀਜ਼ਾ ਆਇਆ। ਠੀਕ ਹੈ ਭਾਈ, ਥੈਂਕ ਯੂ, ਕਰਦੇ ਤੁਹਾਨੂੰ ਕਾਲ। ਹਾਂਜੀ, ਓਕੇ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ।